आम आदमी पार्टी ਦੇ ਰਾਜ ਸਭਾ ਸਾਂਸਦ ਸੰਜੇ ਸਿੰਘ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਾ ਹੈ। ਇਸ ਮੌਕੇ ਤੇ ਉਹਨਾਂ ਨੇ ਆਪਣੇ ਕਾਰਜਭਾਰ ਤੋਂ ਪਹਿਲਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਨੇਤਾ ਮੌਜੂਦ ਸਨ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਅੱਜ ਗੁਰੂ ਘਰ ਵਿੱਚ ਮੱਥਾ ਟੇਕ ਕੇ ਆਸ਼ੀਰਵਾਦ ਲੈਣ ਅਤੇ ਦੇਸ਼ ਦੀ ਅਮਨ ਸ਼ਾਂਤੀ ਦੇ ਲਈ ਆਏ ਹਨ। ਉਹਨਾਂ ਕਿਹਾ ਕਿ ਨਫ਼ਰਤ ਦੀ ਰਾਜਨੀਤੀ ਖਤਮ ਹੋਵੇ ਅਤੇ ਸਭ ਭਾਈਚਾਰੇ ਦੇ ਨਾਲ ਆਪਸ ਵਿੱਚ ਮਿਲ ਕੇ ਰਹਿਣ। ਨਾਲ ਹੀ 2019 ਵਿੱਚ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਉਹਨਾਂ ਨੂੰ ਕਾਮਯਾਬੀ ਮਿਲੇਗੀ। ਨਾਲ ਹੀ ਉਹਨਾਂ ਨੇ ਕਿਹਾ ਕਿ ਅੱਜ ਦੀ ਕੇਂਦਰ ਸਰਕਾਰ ਤੋਂ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਵਪਾਰੀਆਂ ਨੂੰ ਨੋਟਬੰਦੀ ਅਤੇ GST ਕਾਰਨ ਕਾਰੋਬਾਰ ਤਬਾਹ ਹੋ ਚੁੱਕਿਆ। ਮੱਥਾ ਟੇਕ ਕਰ ਇਸ ਦੇਸ਼ ਕੀ ਅਮਨ ਕੇ ਲੀਏ, ਇਸ ਦੇਸ਼ ਕੇ ਚੈਨ ਕੇ ਲੀਏ, ਇਸ ਦੇਸ਼ ਕੇ ਅੰਦਰ ਸੇ ਨਫ਼ਰਤ ਕੀ ਰਾਜਨੀਤੀ ਮਿਟੇ ਔਰ ਮੁਹੱਬਤ ਕੀ ਰਾਜਨੀਤੀ, ਮੁਹੱਬਤ ਕੀ ਬੁਨਿਆਦ ਪਰ ਇਹ ਦੇਸ਼ ਆਗੇ ਚਲੇ। ਹਿੰਦੂ, ਸਿੱਖ, ਮੁਸਲਿਮ, ਈਸਾਈ ਜੋ ਜਾਤੀ ਧਰਮ ਕੇ ਲੋਕ ਹਿੰਦੁਸਤਾਨ ਮੇ ਰਹਤੇ ਹੈ, ਉਨਕੇ ਬੀਚ ਆਪਸ ਮੇ ਭਾਈਚਾਰਾ ਕਾਇਮ ਹੋ, ਇਸਕੀ ਮੁਰਾਦ ਲੇਕਰ, ਇਸਕੀ ਮਨੋਕਾਮਨਾ ਲੇਕਰ ਮੈਂ ਆਪਣੇ ਮਨ ਮੇ ਇਸ ਦਰਬਾਰ ਮੇ ਆਇਆ ਹੂੰ। 2019 ਮੇ ਪੰਜਾਬ ਕੇ ਅੰਦਰ ਪੂਰੇ ਦੇਸ਼ ਮੇ ਜਬ ਹਮਕੋ ਏਕ ਵੀ ਸੀਟ ਨਹੀਂ ਮਿਲੀ ਥੀ 14 ਮੇ, ਤੋ 4 ਸੀਟੇਂ ਪੰਜਾਬ ਨੇ ਦੀ ਥੀ। ਮੁਝੇ ਪੂਰੀ ਉਮੀਦ ਹੈ ਪਿਛਲੀ ਬਾਰ ਸੇ ਬਿਹਤਰੀਨ ਪਰਫਾਰਮੈਂਸ ਪੰਜਾਬ ਕੇ ਅੰਦਰ 2019 ਮੇ ਇਸ ਬਾਰ ਹੋਗਾ। ਔਰ ਜਿਸ ਤਰ੍ਹਾਂ ਸੇ ਕੇਂਦਰ ਸਰਕਾਰ ਸੇ ਲੋਕੋਂ ਕੇ ਮਨ ਮੇ ਨਿਰਾਸ਼ਾ ਪੈਦਾ ਹੋ ਰਹੀ ਹੈ, ਨੌਜਵਾਨੋਂ ਸੇ ਕਹਾ 2 ਕਰੋੜ ਰੋਜ਼ਗਾਰ ਦੇਂਗੇ, ਨੌਜਵਾਨ ਠਗਾ ਹੁਆ ਮਹਿਸੂਸ ਕਰ ਰਹਾ ਹੈ। ਕਿਸਾਨੋਂ ਸੇ ਕਹਾ ਕਰਜ਼ਾ ਮਾਫ਼ ਕਰੇਂਗੇ, ਕਿਸਾਨ ਆਤਮਹੱਤਿਆਏ ਕਰ ਰਹੇ ਹੈ। ਵਪਾਰੀਓਂ ਸੇ ਕਹਾ ਉਨਕੋ ਟੈਕਸ ਮੇ ਛੂਟ ਦੇਂਗੇ, ਵਪਾਰੀਓਂ ਕੇ ਉੱਪਰ ਨੋਟਬੰਦੀ, GST, ਫਿਰ ਰੀਟੇਲ ਮੇ FDI ਲੈ ਕੇ ਆ ਗਏ। ਆਮ ਆਦਮੀ ਸੇ ਕਹਾ ਕਾਲਾ ਧਨ ਲਾ ਕਰ ਆਪਕੇ ਖਾਤੇ ਮੇ 15 ਲੱਖ ਦੇਂਗੇ। ਦੇਸ਼ ਕੇ ਲੋਕੋਂ ਕੇ ਘਰੋਂ ਮੇ, ਮਾਤਾਓਂ ਬਹਿਨੋਂ ਕੇ ਘਰੋਂ ਮੇ ਜੋ ਪੈਸੇ ਬਚੇ ਹੋਏ ਥੇ, ਮੋਦੀ ਜੀ ਨੇ ਕਹਾ ਯੇ ਕਾਲਾ ਧਨ ਹੈ, ਲਾਈਨ ਮੇ ਲੱਗ ਕੇ ਇਸਕੋ ਜਮਾ ਕਰ ਦੋ। ਤੋ ਯੇ ਸਰਕਾਰ ਪੂੰਜੀਪਤੀਓਂ ਕੀ ਸਰਕਾਰ ਹੈ, ਯੇ ਸਰਕਾਰ ਚੰਦ ਉਦਯੋਗਪਤੀਓਂ ਕੇ ਲੀਏ ਚੱਲ ਰਹੀ ਹੈ ਔਰ ਉਦਯੋਗਪਤੀਓਂ ਕੀ ਦਬੰਗਈ ਇਸ ਦੇਸ਼ ਕੇ ਅੰਦਰ ਚੱਲ ਰਹੀ ਹੈ। 11,400 ਕਰੋੜ ਰੁਪਏ ਨੀਰਵ ਮੋਦੀ ਲੈ ਕੇ ਹਿੰਦੁਸਤਾਨ ਸੇ ਭਾਗ ਜਾਤਾ ਹੈ, ਵਿਜੇ ਮਾਲਿਆ 9,000 ਕਰੋੜ ਰੁਪਏ ਲੈ ਕੇ ਭਾਗ ਜਾਤਾ ਹੈ, ਲਲਿਤ ਮੋਦੀ ਹਜ਼ਾਰੋਂ ਕਰੋੜ ਕਾ ਚੂਨਾ ਲਗਾ ਕਰ ਵਿਦੇਸ਼ੋਂ ਮੇ ਬੈਠਾ ਹੁਆ ਹੈ ਔਰ ਹਮਾਰੀ ਸਰਕਾਰ ਹਾਥ ਪੇ ਹਾਥ ਧਰੀ ਬੈਠੀ ਹੋਈ ਹੈ। ਮੋਦੀ ਜੀ ਕਹਤੇ ਹਮ ਇਸ ਦੇਸ਼ ਕੇ ਚੌਕੀਦਾਰ ਹੈ, ਆਜ ਕੀ ਤਾਰੀਖ ਮੇ ਚੌਕੀਦਾਰ ਭ੍ਰਸ਼ਟਾਚਾਰੀਓਂ ਕੇ ਸਾਥ ਮਿਲਕਰ, ਭ੍ਰਸ਼ਟਾਚਾਰੀਓਂ ਕੇ ਸਾਥ ਮਿਲਕਰ ਚੌਕੀਦਾਰ ਹਿੱਸੇਦਾਰ ਬਣ ਗਿਆ ਹੈ। ਤੋ ਜਬ ਚੌਕੀਦਾਰ ਹਿੱਸੇਦਾਰ ਬਣ ਜਾਏਗਾ ਬੇਈਮਾਨੀ ਕਾ, ਤੋ ਫਿਰ ਭ੍ਰਸ਼ਟਾਚਾਰ ਨਹੀਂ ਰੁਕ ਸਕਤਾ। ਲਗਤਾ ਹੈ ਕਿ ਅਭੀ ਇੰਤਜ਼ਾਰ ਕਰਨਾ ਚਾਹੀਏ, ਕੋਰਟ ਕਾ ਵਰਡਿਕਟ ਆਨੇ ਦੀਜੀਏ, ਫਾਈਨਲ ਵਰਡਿਕਟ। ਔਰ ਮੁਝੇ ਪੂਰਾ ਭਰੋਸਾ ਹੈ ਕਿ ਜਿਸ ਤਰ੍ਹਾਂ ਸੇ ਸੰਸਦੀਏ ਸਚਿਵ ਕੇ ਮਾਮਲੇ ਮੇ ਪੰਜਾਬ ਮੇ ਹਾਈ ਕੋਰਟ ਨੇ ਸੰਸਦੀਏ ਸਚਿਵ ਕੀ ਨਿਯੁਕਤੀ ਰੱਦ ਕੀ, ਸਦਸਿਤਾ ਰੱਦ ਨਹੀਂ ਹੋਈ। ਹਰਿਆਣਾ ਮੇ ਨਿਯੁਕਤੀ ਰੱਦ ਕੀ, ਸਦਸਿਤਾ ਰੱਦ ਨਹੀਂ ਹੋਈ। ਹਿਮਾਚਲ ਮੇ ਨਿਯੁਕਤੀ ਰੱਦ ਕੀ, ਸਦਸਿਤਾ ਰੱਦ ਨਹੀਂ ਹੋਈ। ਆਸਾਮ ਮੇ, ਮਿਜ਼ੋਰਮ ਮੇ ਜਹਾਂ ਜਹਾਂ ਹਾਈ ਕੋਰਟ ਨੇ ਸੰਸਦੀਏ ਸਚਿਵੋਂ ਕੀ ਨਿਯੁਕਤੀ ਰੱਦ ਕੀ, ਵਹਾਂ ਸਦਸਿਤਾ ਰੱਦ ਨਹੀਂ ਹੋਈ। ਦਿੱਲੀ ਮੇ ਵੀ ਹਾਈ ਕੋਰਟ ਨੇ ਨਿਯੁਕਤੀ ਰੱਦ ਕੀ ਔਰ ਵਹਾਂ ਉਸਕੇ ਬਾਵਜੂਦ ਚੁਣਾਵ ਆਯੋਗ ਨੇ ਸਦਸਿਤਾ ਰੱਦ ਕਰ ਦੀ। ਤੋ AK ਜੋਤੀ ਨੇ ਨਰਿੰਦਰ ਮੋਦੀ ਕੇ ਏਜੰਟ ਕੇ ਤੌਰ ਪਰ ਕਾਮ ਕੀਆ ਹੈ, ਯੇ ਇਸ ਬਾਤ ਕਾ ਪ੍ਰਮਾਣ ਹੈ ਕਿ ਉਹਨੇ ਆਪਣੇ ਰਿਟਾਇਰਮੈਂਟ ਕੇ 3 ਦਿਨ ਪਹਿਲੇ, ਜੋ ਪੂਰਵ ਮੁੱਖ ਸਚਿਵ ਵੀ ਥੇ ਨਰਿੰਦਰ ਮੋਦੀ ਜੀ ਕੇ, ਉਹਨੇ ਮੋਦੀ ਜੀ ਕੇ ਕਹਿਣੇ ਪਰ ਯੇ ਕਾਰਵਾਈ ਕੀ ਹੈ। ਅੰਬਾਨੀ ਨੇ ਜੋ ਕੇਸ ਕੀਆ ਹੈ ਵੋ ਆਪਣੇ ਆਪ ਮੇ ਡਿਫੇਮੇਸ਼ਨ ਕੇਸ ਕੋ ਮਾਖੌਲ ਬਣਾਤਾ ਹੈ, ਮਜ਼ਾਕ ਬਣਾਤਾ ਹੈ। ਮੈਂ ਸਮਝਤਾ ਹੂੰ ਸਰਵੋੱਚ ਨਿਆਇਲੇ ਕੋ ਇਸ ਬਾਤ ਕਾ ਸੰਗਿਆਨ ਲੈਣਾ ਚਾਹੀਏ। 5,000 ਕਰੋੜ ਕਾ ਡਿਫੇਮੇਸ਼ਨ ਕੇਸ, ਹਿੰਦੁਸਤਾਨ ਕੀ ਆਜ਼ਾਦੀ ਕੇ ਬਾਅਦ ਸਭਸੇ ਬੜਾ ਮਾਨਹਾਨ ਕਾ ਮੁਕਦਮਾ ਮੇਰੇ ਉੱਪਰ। ਨਸ਼ੇ ਕਾ ਧੰਦਾ ਕਰਨੇ ਵਾਲੇ ਮਜੀਠੀਆ ਕੇ ਖਿਲਾਫ ਬੋਲੂੰਗਾ ਤੋ ਮੇਰੇ ਉੱਪਰ ਡਿਫੇਮੇਸ਼ਨ। ਇਸ ਦੇਸ਼ ਕੇ ਅੰਦਰ DDCA ਕਾ ਘੋਟਾਲਾ ਕਰਨੇ ਵਾਲੇ ਅਰੁਣ ਜੇਟਲੀ ਕੇ ਖਿਲਾਫ ਬੋਲੂੰਗਾ ਤੋ ਡਿਫੇਮੇਸ਼ਨ। ਅਭੀ ਮੈਨੇ ਅੰਬਾਨੀ ਕੇ ਰਾਫੇਲ ਘੋਟਾਲੇ ਕੇ ਖਿਲਾਫ ਬੋਲਾ ਤੋ ਡਿਫੇਮੇਸ਼ਨ। ਮੈਂ ਆਪਣੀ ਬਾਤ ਪਰ 100% ਕਾਇਮ ਹੂੰ। ਮੈਨੇ ਕਿਆ ਕਹਾ ਥਾ ਆਪ ਲੋਕ ਸੁਣ ਲੀਜੀਏ। ਮੈਨੇ ਯਹੀ ਕਹਾ ਥਾ ਕਿ ਰਾਫੇਲ ਡੀਲ ਕੇ ਅੰਦਰ ਕਿਆ ਖੇਲ ਹੁਆ ਹੈ, ਕਿਉਂਕਿ ਜੋ ਰਾਫੇਲ ਕਾ ਜਹਾਜ਼ ਫਰਾਂਸ ਕੀ ਕੰਪਨੀ ਸੇ UPA ਗਵਰਨਮੈਂਟ ਮੇ 500 ਕਰੋੜ ਕਾ ਖਰੀਦਾ ਜਾ ਰਹਾ ਥਾ, ਮੋਦੀ ਜੀ ਕੀ ਸਰਕਾਰ ਮੇ ਵਹੀ ਜਹਾਜ਼ 1640 ਕਰੋੜ ਰੁਪਏ ਮੇ ਕਿਉਂ ਖਰੀਦਾ ਜਾ ਰਹਾ ਹੈ। ਜੋ ਡੇਜ਼ਾਲਟ ਕੰਪਨੀ ਫਰਾਂਸ ਕੀ 1640 ਕਰੋੜ ਰੁਪਏ ਮੇ ਮੋਦੀ ਜੀ ਕੀ ਸਰਕਾਰ ਕੋ 3 ਗੁਣਾ ਜ਼ਿਆਦਾ ਦਾਮੋ ਮੇ ਜਹਾਜ਼ ਦੇ ਰਹੀ ਹੈ, ਵਹੀ ਡੇਜ਼ਾਲਟ ਕੰਪਨੀ, 3 ਮਹੀਨੇ ਪੁਰਾਣੀ ਕੰਪਨੀ, ਫਿਰ ਸੇ ਦੁਹਰਾ ਰਹਾ ਹੂੰ,
तीन महीने पुरानी अंबानी की कंपनी को 22,000 करोड़ का जहाज का पार्ट्स बनाने का ठेका दे देती है, जिस कंपनी को जहाज का पार्ट्स बनाने में कोई अनुभव नहीं है, एक अनुभवहीन कंपनी को। मैंने यही सवाल किया है कि इस डील के पीछे क्या खेल है, इस डील में क्या घोटाला है। और मेरा मानना है कि राफेल डील मोदी सरकार के ताबूत में आखिरी कील साबित होगी। कैप्टन अमरिंदर सिंह जी को एक साल में 0 नंबर मिलना चाहिए, क्योंकि उन्होंने कहा था हर घर को रोजगार देंगे और अपने दस्तखत से कार्ड बांटे थे, वो नौजवान अभी भी रोजगार का इंतजार कर रहे हैं। किसानों को अपने कार्ड बांटे थे कि कर्जा माफ करेंगे, कर्जा माफ करना तो दूर, आत्महत्याओं का सिलसिला अभी भी जारी है। कहा था नशाखोरी बंद करेंगे, लेकिन नशे का धंधा कराने वाले लोग अभी भी खुलेआम घूम रहे हैं। पंजाब की जनता अमरिंदर सिंह जी से सवाल पूछना चाहती है। आपने स्मार्टफोन देने की बात कही थी, आपने नशे का धंधा बंद करने की बात कही थी, किसानों का कर्जा माफ करने की बात कही थी, हर घर में रोजगार देने की बात कही थी। अगर एक साल में एक भी वादा अगर आपने नहीं पूरा किया तो नैतिकता के आधार पर आपको सत्ता में रहने का अधिकार नहीं है। और अभी नवजोत सिंह सिद्धू जी लगातार अमरिंदर सिंह की सरकार के ऊपर खुद हमलावर हैं, बादल के खिलाफ बोल रहे हैं, मजीठिया के खिलाफ बोल रहे हैं, लेकिन उनकी सरकार कोई कार्रवाई नहीं करती, क्योंकि चाचा भतीजा की सरकार है। जब तक चाचा अमरिंदर रहेंगे तब तक भतीजे मजीठिया पे कोई कार्रवाई नहीं होगी। तो कुल मिलाकर जो ये सरकार चल रही है, राणा गुरजीत के भ्रष्टाचार का मामला आप देखिए, माइनिंग का भ्रष्टाचार, हमारी पार्टी उस पर लड़ी, हमारे विधायक विधानसभा के अंदर उस पर हल्ला मचाए, उनके ऊपर हमला भी हुआ, लेकिन अब वो सच सामने आ रहा है। राणा गुरजीत के भ्रष्टाचार की कहानी परत दर परत खुल के सामने आ रही है। दयाना नगर निगम चुनाव हम लोग लड़ रहे हैं। मुझे लगता है उन्होंने बादलों के खिलाफ जब बीजेपी में थे तब भी उन्होंने लड़ाई लड़ी थी, आज भी वो कांग्रेस में रहते हुए बादलों के खिलाफ लड़ रहे हैं। या तो कार्रवाई होनी चाहिए, वरना सिद्धू जी को सरकार के खिलाफ अपनी आवाज और बुलंद करना चाहिए। मुझे इस बारे में कोई जानकारी नहीं, क्योंकि मैं अभी यहाँ का इंचार्ज नहीं हूँ, मनीष भाई देख रहे हैं।